ਲੁਧਿਆਣਾ ਦੇ ਵਿੱਚ ਕਾਂਗਰਸ ਦੇ ਸਰਪੰਚੀ ਲਈ ਉਮੀਦਵਾਰਾਂ ਨੂੰ NOC ਨਾ ਮਿਲਣ ਕਰਕੇ ਕਾਂਗਰਸੀ ਆਗੂਆਂ ਵੱਲੋਂ ਅੱਜ DC ਦਫ਼ਤਰ ਪਹੁੰਚ ਕੇ ਮੰਗ ਕੀਤੀ ਗਈ ਹੈ ਕਿ ਕਾਂਗਰਸੀ ਸਰਪੰਚਾਂ ਨੂੰ ਜਾਣ ਬੁੱਝ ਕੇ ਅਫਸਰ ਤੰਗ ਪਰੇਸ਼ਾਨ ਕਰ ਰਹੇ ਨੇ, ਉਹਨਾਂ ਨੂੰ ਚੁੱਲ੍ਹਾ ਟੈਕਸ ਅਤੇ ਹੋਰ ਬਹਾਨੇ ਲਗਾ ਕੇ NOC ਨਹੀਂ ਦਿੱਤੀ ਜਾ ਰਹੀ। ਕਾਂਗਰਸ ਦੇ ਆਗੂ ਕੁਲਦੀਪ ਵੈਦ ਅਤੇ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਕਿਹਾ ਹੈ ਕਿ ਕਾਂਗਰਸੀ ਸਰਪੰਚਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋਣੀਆਂ ਚਾਹੀਦੀਆਂ ਨੇ, ਅਸੀਂ ਇਸ ਗੱਲ ਤੋਂ ਸਹਿਮਤ ਹਨ, ਪਰ ਜਬਰ ਸੰਮਤੀਆਂ ਨਹੀਂ ਹੋਣੀ ਚਾਹੀਦੀਆਂ। ਉਹਨਾਂ ਕਿਹਾ ਕਿ ਹੇਠਲੇ ਪੱਧਰ 'ਤੇ ਅਫਸਰ ਸਰਕਾਰ ਦੇ ਦਬਾਅ ਹੇਠ ਆ ਕੇ ਧੱਕਾ ਕਰ ਰਹੇ ਨੇ, ਜਿਸ ਦੇ ਖਿਲਾਫ਼ ਉਹ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੂੰ ਮਿਲੇ ਨੇ ਅਤੇ ਉਹਨਾਂ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਮਾਮਲੇ ਦਾ ਹੱਲ ਕੀਤਾ ਜਾਵੇਗਾ। ਅੱਜ DC ਦਫ਼ਤਰ ਪਹੁੰਚੇ ਉਸ ਲਗਾਤਾਰ ਕਾਂਗਰਸੀ ਸਰਪੰਚਾਂ ਨੂੰ NOC ਨਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ, ਕੀ ਕਹਿ ਰਹੇ? ਦੇਖੋ, DC ਸਾਹਿਬ ਨਾਲ ਬੜੇ ਚੰਗੇ ਅਤੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਹੈ, ਕਿਉਂਕਿ ਜੋ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਆਪਾਂ ਸਾਰੇ ਦੇਖ ਰਹੇ ਹਾਂ, ਇਹ ਜਿਹੜੀ ਚੋਣ ਹੈ, ਪਹਿਲੀ ਗੱਲ ਤਾਂ 1 ਸਾਲ ਤੋਂ ਜ਼ਿਆਦਾ ਸਮਾਂ ਲੇਟ ਹੈ। ਇਹ ਸਰਕਾਰ ਦੇ ਉੱਤੇ ਹਾਈਕੋਰਟ ਦੇ ਪ੍ਰੈਸ਼ਰ ਤੋਂ ਬਾਅਦ ਇਹ ਚੋਣ ਕਰਵਾਈ ਜਾ ਰਹੀ ਹੈ, ਔਰ ਇਹ ਚੋਣ ਜਿਸ ਤਰੀਕੇ ਦੀ ਕਰਵਾਈ ਜਾ ਰਹੀ ਹੈ, ਇਹ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਿ ਲੋਕਤੰਤਰ ਦਾ ਘਾਣ ਕਰਨ ਦੇ ਸਰਕਾਰ ਪੂਰੀ ਤਰ੍ਹਾਂ ਨਾਲ ਯਤਨ 'ਚ ਹੈ। ਵਿਰੋਧੀਆਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਉਹਨਾਂ ਦੇ ਫਾਈਲ ਜਿਹੜੇ ਨੋਮੀਨੇਸ਼ਨ ਫਾਈਲ ਨਾ ਕਰਨ ਦਿੱਤੇ ਜਾਣ, ਉਹਨਾਂ ਦੇ ਡਾਕੂਮੈਂਟ ਨਾ ਪੂਰੇ ਕੀਤੇ ਜਾਣ, ਉਹਨਾਂ ਦੇ ਚੁੱਲ੍ਹਾ ਟੈਕਸ ਜਿਹੜੀਆਂ ਛੋਟੀਆਂ ਛੋਟੀਆਂ ਫਾਰਮੈਲਿਟੀਜ਼ ਹੈ, NOCs ਨਾ ਦਿੱਤੀਆਂ ਜਾਣ, ਇਸ ਤਰ੍ਹਾਂ ਦੇ ਦਬਾਅ ਨੇ ਅਫਸਰਾਂ ਦੇ ਉੱਤੇ। ਸੋ ਇਹ ਜਿਹੜੇ ਹੇਠਲੇ ਅਫਸਰ ਨੇ, ਇਹ ਕਿਤੇ ਨਾ ਕਿਤੇ ਇਨਫਲੂਐਂਸ ਹੋ ਜਾਂਦੇ ਨੇ ਉਸ ਦਬਾਅ ਦੇ ਵਿੱਚ ਆ ਕੇ, ਅਤੇ ਸਾਡੇ ਜਿਹੜੇ ਨੁਮਾਇੰਦੇ ਨੇ, ਸਾਡੇ ਪੰਚ ਸਰਪੰਚ, ਉਹਨਾਂ ਦੇ ਕਾਗਜ਼ ਦਾਖਲ ਕਰਨ ਤੋਂ ਰੋਕਿਆ ਜਾ ਰਿਹਾ। ਉਹਨਾਂ ਦੇ ਕਾਗਜ਼ ਰੱਦ ਕਰਨ ਦੇ ਲਈ ਇਹ ਇੱਕ ਕੁਝ ਹੀ ਸਾਜਿਸ਼ ਹੈ ਸਰਕਾਰ ਵੱਲੋਂ। ਸੋ ਸਰ, ਅਸੀਂ ਤਾਂ ਬੇਨਤੀ ਕਰਨ ਆਏ ਸੀਗੇ DC ਸਾਹਿਬ ਨੂੰ ਕਿ ਇਸ ਤਰੀਕੇ ਦਾ ਜਿਹੜਾ ਮਾਹੌਲ ਨਾ ਬਣੇ, ਔਰ ਸਾਡੇ ਜਿਹੜੇ ਨੁਮਾਇੰਦੇ ਆ ਉਹਨਾਂ ਦੀ ਸੁਰੱਖਿਆ ਨੂੰ, ਉਹਨਾਂ ਦੇ ਜਿਹੜੇ ਕਾਗਜ਼ ਰੱਦ ਨਾ ਹੋਣ, ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਵੇ। ਸਰ, ਰਿਹਾਇਸ਼ੀ ਦਾ ਮਾਹੌਲ ਕਿਸ ਤਰੀਕੇ ਦਾ ਹੈਗਾ? ਕਿਉਂਕਿ ਆਮ ਤੌਰ 'ਤੇ ਦੇਖਿਆ ਜਾ ਰਿਹਾ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਦੀ ਗੱਲ ਆ ਰਹੀ ਹੈ ਅਤੇ ਕਈ ਪਿੰਡਾਂ 'ਚ ਤਣਾਅਪੂਰਨ ਮਾਹੌਲ ਜਿਹੜਾ ਬਣਿਆ। ਬ੍ਰਦਰ, ਸਰਬਸੰਮਤੀ ਹੋਣੀ ਚਾਹੀਦੀ ਹੈ, ਕੋਈ ਸ਼ੱਕ ਨਹੀਂ, ਲੇਕਿਨ ਜ਼ਬਰਦਸਤੀ ਸਰਬਸੰਮਤੀ ਨਹੀਂ ਹੋਣੀ ਚਾਹੀਦੀ। ਇੱਕ ਜ਼ਬਰਸੰਮਤੀ ਹੁੰਦੀ ਹੈ, ਇੱਕ ਸਰਬਸੰਮਤੀ ਹੁੰਦੀ ਹੈ। ਸੋ ਜ਼ਬਰਸੰਮਤੀ ਨਾ ਹੋਵੇ, ਸਰਬਸੰਮਤੀ ਹੋਣ 'ਚ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਸਾਡੇ ਵੀ ਹੱਕ ਦੇ ਵਿੱਚ ਸਰਬਸੰਮਤੀਆਂ ਹੁੰਦੀਆਂ ਨੇ। ਅਸੀਂ ਹੁਣੇ ਹੁਣੇ ਕੈਂਡ ਪਿੰਡ ਦੀ ਸਰਬਸੰਮਤੀ ਨਾਲ ਪੰਚਾਇਤ ਬਣਾ ਕੇ ਹਟੇ ਹਾਂ ਕਾਂਗਰਸ ਪਾਰਟੀ ਦੀ। ਸੋ ਇਹ ਚੰਗੀ ਗੱਲ ਹੈ, ਕੋਈ ਮਾੜਾ ਰੁਝਾਨ ਨਹੀਂ ਹੈ, ਲੇਕਿਨ ਜੇ ਜ਼ਬਰਦਸਤੀ ਸਰਬਸੰਮਤੀ ਕਰਵਾਉਣ ਵਾਲੇ ਪਾਸੇ ਤੁਰਿਆ ਜਾਏਗਾ ਤਾਂ ਇਹ ਮਾੜਾ। ਸਰ, ਨੋਮੀਨੇਸ਼ਨ ਲਈ ਇੱਕ ਦਿਨ ਰੱਖਿਆ ਗਿਆ, ਸੋ ਲੱਗਦਾ ਹੈ ਕਿ ਹਾਲਾਤ ਜਿਹੜੇ ਤਣਾਅਪੂਰਨ ਹੋ ਸਕਦੇ ਨੇ, ਜਿਸ ਤਰ੍ਹਾਂ ਦੇ ਬਿਲਕੁਲ ਨਜ਼ਰ ਆ ਰਿਹਾ, ਲਗਭਗ 1 ਲੱਖ ਦੇ ਕਰੀਬ ਨੋਮੀਨੇਸ਼ਨ ਹੋਣੀ ਹੈ। ਸੋ ਬਿਲਕੁਲ ਬਿਲਕੁਲ ਨਜ਼ਰ ਆ ਰਿਹਾ ਕਿ ਨੋਮੀਨੇਸ਼ਨ ਫਾਈਲ ਕਰਨ ਲਈ ਇੰਨਾ ਵੱਡਾ ਜਿਹੜਾ ਲੁਧਿਆਣਾ ਹੈ, ਇਹ ਵੱਡੇ ਹਲਕੇ ਨੇ, ਬਹੁਤ ਸਾਰੀਆਂ ਪੰਚਾਇਤਾਂ ਨੇ, 1 ਦਿਨ ਦੇ ਵਿੱਚ ਇਹ ਪ੍ਰੋਸੈਸ ਪੂਰਾ ਹੋ ਹੀ ਨਹੀਂ ਸਕਦਾ। ਸੋ ਇਸ ਲਈ ਘੱਟੋ ਘੱਟ 3 ਦਿਨ ਦਾ ਸਮਾਂ ਚਾਹੀਦਾ ਸੀ, ਲੇਕਿਨ ਜੇ ਹੁਣ 1 ਦਿਨ ਦਾ ਸਮਾਂ ਮਿਲਿਆ ਤਾਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਦੇ ਵਿੱਚ ਸ਼ਾਂਤੀਪੂਰਨ ਢੰਗ ਨਾਲ, ਚੰਗੇ ਢੰਗ ਨਾਲ, ਨਿਰਪੱਖ ਢੰਗ ਨਾਲ ਇਸ ਸਾਰੇ ਪ੍ਰੋਸੈਸ ਨੂੰ ਸਿਰੇ ਚੜ੍ਹਾਇਆ ਜਾਵੇ। ਇਸ ਲਈ ਅਸੀਂ ਬੇਨਤੀ ਕਰਨ ਲਈ ਅੱਜ CP ਸਾਹਿਬ ਅਤੇ DC ਸਾਹਿਬ ਨੂੰ ਮਿਲਣ ਲਈ ਆਏ ਸੀ। ਜਣਿਆਂ ਨੇ DC ਸਾਹਿਬ ਦੇ ਵਿੱਚ ਬੜੀਆਂ ਗੱਲਾਂ ਧਿਆਨ 'ਚ ਲਿਆਂਦੀਆਂ ਨੇ। NOCs ਦਾ ਜਿਹੜਾ ਮਸਲਾ ਆ ਉਹ ਬਹੁਤ ਗੰਭੀਰ ਹੈ। ਸਾਡੇ ਬੰਦਿਆਂ ਨੂੰ NOCs ਨਹੀਂ ਦਿੱਤੇ ਜਾ ਰਹੇ। ਜਦੋਂ ਅਫੀਸਰਸ ਨਾਲ ਗੱਲ ਕਰਦੀ ਹੈ ਉਹ ਬੜੇ ਪਿਆਰ ਨਾਲ ਕਹਿੰਦੇ ਜੀ ਹਾਂ ਦੇ ਰਹੇ ਹਾਂ, ਕੋਈ ਦਿੱਕਤ ਨਹੀਂ ਹੈ, ਲੇਕਿਨ ਨਹੀਂ ਦੇ ਰਹੇ। ਇੱਥੋਂ ਤੱਕ ਹੈ ਕਿ NOC ਇਸ਼ੂ ਹੋ ਜਾਂਦਾ, ਥੱਲੇ ਵਾਲਾ ਸਟਾਫ ਆ ਜਿਹੜਾ, ਉਹ ਜਿਹੜੀਆਂ ਸਾਡੀਆਂ ਫਾਈਲਾਂ ਨੇ ਉਹ ਕਿਸੇ ਹੋਰ ਨੂੰ ਦੇ ਕੇ ਭੇਜ ਦਿੰਦਾ, ਮਤਲਬ ਕਿ ਫਾਈਲਾਂ ਹੀ ਗੁੰਮ ਹੋ ਜਾਂਦੀਆਂ ਨੇ। ਕਈ ਬੰਦਿਆਂ ਨੇ ਸਾਡਿਆਂ ਨੇ ਦੋ ਦੋ ਤਿੰਨ ਵਾਰੀ ਫਾਈਲ ਜਿਹੜੀ ਆ ਉਹ ਸਬਮਿਟ ਕੀਤੀ ਹੈ।
ਬੁਲਾਰਾ ਦੀ ਇਗਜ਼ਾਮਪਲ ਹੈ, ਲਲਤੋਂ ਦੀ ਇਗਜ਼ਾਮਪਲ ਹੈ। ਆ ਹੁਣੇ ਮੈਨੂੰ ਬਲੋਕ ਡੇਲੋ ਬਲੋਕ 'ਚੋਂ ਫੋਨ ਆ ਰਹੇ ਸੀ ਜਦੋਂ BDPO ਸਾਹਿਬ ਨਾਲ ਗੱਲ ਕਰਦੇ ਹਾਂ, ਹਾਂਜੀ ਅਸੀਂ ਇਸ਼ੂ ਕਰ ਰਹੇ ਹਾਂ, ਹਾਂਜੀ ਅਸੀਂ ਇਸ਼ੂ ਕਰ ਰਹੇ ਹਾਂ। 3 ਦਿਨ ਦੇ ਆਹੀ ਅਸੀਂ ਗੱਲਾਂ ਸੁਣ ਰਹੇ ਹਾਂ। DC ਸਾਹਿਬ ਨੂੰ ਇਸ ਬਾਰੇ ਜਾਣੂ ਕਰਾਇਆ ਕਿ NOC ਇਸ਼ੂ ਕੀਤੀਆਂ ਜਾਣ। ਇਹ ਡੈਮੋਕ੍ਰੈਟਿਕ ਕੰਟਰੀ ਹੈ। ਮੈਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਬੇਨਤੀ ਕੀਤੀ ਹੈ ਸਵੇਰੇ ਵੀ ਕਿ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਕਰੋ ਜਿਹਦੇ ਨਾਲ ਸਾਡਾ ਜਿਹੜਾ ਡੈਮੋਕ੍ਰੇਸੀ ਦਾ ਜਿਹੜਾ ਪਿੰਡਾਂ ਦੇ ਵਿੱਚ ਉਹ ਕਾਣ ਹੋਵੇ, ਇਹਦੇ ਨਾਲ ਲੜਾਈਆਂ ਝਗੜੇ ਹੋਣਗੇ, ਲੋਕਾਂ ਦੀਆਂ ਦੁਸ਼ਮਣੀਆਂ ਪੈਂਦੀਆਂ ਨੇ। ਸੋ ਇਹਨੂੰ ਫੇਅਰ ਐਂਡ ਜਿਹੜਾ ਇਲੈਕਸ਼ਨ ਆ ਉਹ ਕਰਵਾਉਣਾ ਚਾਹੀਦਾ। ਕੱਲ੍ਹ ਨੋਮੀਨੇਸ਼ਨ ਪੇਪਰ ਫਾਈਲ ਹੋਣੇ ਆ, ਜੋ ਸਾਡੇ ਕੋਲ ਖਬਰਾਂ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਕਈ ਕਾਰਕੁਨ ਨੇ, ਸਾਰੇ ਨਹੀਂ ਕਈ ਕਾਰਕੁਨ ਨੇ, ਉਹਨਾਂ ਨੇ ਪਲੈਨਿੰਗ ਕੀਤੀ ਹੈ ਕਿ ਸਾਡੇ ਬੰਦਿਆਂ ਨੂੰ ਨੋਮੀਨੇਸ਼ਨ ਪੇਪਰ ਫਾਈਲ ਹੀ ਨਹੀਂ ਕਰਨ ਦੇ ਨੇ। ਮੈਂ ਬੇਨਤੀ ਕੀਤੀ ਹੈ DC ਸਾਹਿਬ ਨੂੰ, ਕਮਿਸ਼ਨਰ ਪੁਲਿਸ ਨੂੰ ਵੀ ਬੇਨਤੀ ਕੀਤੀ ਹੈ ਕਿ ਕੱਲ੍ਹ ਸਪੈਸ਼ਲ ਫੋਰਸ ਲਾਈ ਜਾਵੇ ਅਤੇ ਜਿਹੜੇ ਸੱਤਾਧਾਰੀ ਨੇ ਬੇਸ਼ੱਕ ਉਹਨਾਂ ਨੂੰ ਪਹਿਲ ਦੇ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ, ਲੇਕਿਨ ਸਾਡੇ ਜਿਹੜੇ ਪੇਪਰਸ ਨੇ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਮੈਂਬਰਸ ਜਿਨ੍ਹਾਂ ਨੇ ਸਰਪੰਚੀ ਵਾਸਤੇ ਖੜ੍ਹੇ ਨੇ, ਚਾਹੇ ਇਹ ਸਿੰਬਲ 'ਤੇ ਇਲੈਕਸ਼ਨ ਨਹੀਂ ਹੋ ਰਹੀ, ਪਰ ਉਹਨਾਂ ਦੇ ਜਿਹੜੇ ਕਾਗਜ਼ ਹੈ ਉਹਨਾਂ ਨੂੰ ਬਿਲਕੁਲ ਨਿਰੋਲ ਅਤੇ ਵਧੀਆ ਢੰਗ ਨਾਲ ਉਹ ਜਿਹੜੇ ਸਾਡੇ ਪੇਪਰ ਜਾਂ ਫਾਈਲ ਹੋਣੇ ਚਾਹੀਦੇ ਆ। ਚੌਥੀ ਗੱਲ ਜਿਹੜੀ ਮੈਂ DC ਸਾਹਿਬ ਨੂੰ ਕਹੀ ਹੈ ਕਿ ਆਪਣੇ ਆਫੀਸਰਸ ਨੂੰ ਡਾਇਰੈਕਸ਼ਨ ਦਿਓ ਕਿ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਕੋਈ ਨੋਮੀਨੇਸ਼ਨ ਪੇਪਰ ਆ ਜਿਹੜਾ ਉਹ ਰਿਜੈਕਟ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਕੀ ਕੀਤਾ ਆ, ਅਸੀਂ ਇਹ ਜਿੰਨੇ ਵੀ ਨੋਮੀਨੇਸ਼ਨ ਪੇਪਰ ਨੇ ਅਸੀਂ ਸਾਰੇ ਆਪਣੇ ਵਕੀਲਾਂ ਤੋਂ ਚੈੱਕ ਕਰਵਾਏ ਨੇ, ਬਕਾਇਦਾ ਇਹਨਾਂ ਦੀ ਵੀਡੀਓਗ੍ਰਾਫੀ ਕੀਤੀ ਹੈ ਤਾਂ ਕਿ ਕਿਸੇ ਅਫਸਰ ਨੂੰ ਮੌਕਾ ਨਾ ਮਿਲੇ ਕਿ ਜੀ ਆਹ ਇਹਦੇ 'ਚ ਆਹ ਗਲਤੀ, ਇਹਦੇ 'ਚ ਆਹ ਗਲਤੀ ਹੈ। ਪਰ ਜੇ ਫਿਰ ਵੀ ਕੋਈ ਅਫਸਰ ਗਲਤ ਕਰਦਾ ਤਾਂ ਮੈਂ ਇੱਕ ਇਗਜ਼ਾਮਪਲ ਦੇਣੀ ਚਾਹੂੰਗਾ ਮਾਨਯੋਗ ਸੁਪਰੀਮ ਕੋਰਟ ਦੀ, ਕਿ ਚੰਡੀਗੜ੍ਹ ਦੀ ਮਿਊਂਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਵਿੱਚ ਜੋ ਸੁਪਰੀਮ ਕੋਰਟ ਨੇ ਮਿਸਟਰ ਅਨਿਲ ਮਸੀਹ ਸੀ ਉੱਥੇ ਰਿਟਰਨਿੰਗ ਅਫਸਰ, ਜੋ ਉਹਦਾ ਹਸ਼ਰ ਕੀਤਾ, ਅਸੀਂ ਵੀ ਫਿਰ ਜੇ ਸਾਡਾ ਕੋਈ ਅਫਸਰ ਇਹੋ ਜਿਹੀ ਗਲਤੀ ਕਰਦਾ ਅਸੀਂ ਉਹਨੂੰ ਵੀ ਕੋਰਟ ਵਿੱਚ ਲੈ ਕੇ ਜਾਵਾਂਗੇ, ਚਾਹੇ ਸਾਨੂੰ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਕਿਉਂ ਨਾ ਖੜਕਣਾਉਣਾ ਪਏ। ਦੇਖੋ ਮੈਂ ਬਿਲਕੁਲ ਉਹ ਜਿਹੜਾ ਇੰਸੀਡੈਂਟ ਹੋਇਆ ਮੈਂ ਬਿਲਕੁਲ ਉਹਨੂੰ ਕ੍ਰਿਟੀਸਾਈਜ਼ ਕਰਦਾ। ਮੈਂ BDPO 1 ਨੇ ਮਿਸਟਰ ਰਜੇਸ਼ ਚੱਡਾ, ਮੈਂ ਉਹਨਾਂ ਨੂੰ ਜਾ ਕੇ ਕਿਹਾ ਸੀ ਤੁਸੀਂ NOC ਇਸ਼ੂ ਕਰੋ, ਲੇਕਿਨ ਉਹਨਾਂ ਦਾ ਜਿਹੜਾ ਬਿਹੇਵੀਅਰ ਸੀ ਉਹ ਬਹੁਤ ਵਧੀਆ ਨਹੀਂ ਸੀ। ਲੇਕਿਨ ਬਾਅਦ ਵਿੱਚ ਮੈਂ ਉਹਨਾਂ ਨੂੰ ਸਮਝਾਇਆ ਕਿ ਮੈਂ ਵੀ ਅਫਸਰ ਰਿਹਾ, ਫਿਰ ਉਹਨਾਂ ਦਾ ਬਿਹੇਵੀਅਰ ਠੀਕ ਹੋਇਆ। ਇਹੋ ਜਿਹਾ ਬਿਹੇਵੀਅਰ ਨਹੀਂ ਹੋਣਾ ਚਾਹੀਦਾ, ਅਫਸਰਾਂ ਨੂੰ ਕੂਲ ਰਹਿਣਾ ਚਾਹੀਦਾ। ਬੜੀਆਂ ਸਮੱਸਿਆ ਨੇ, ਸਾਡੇ ਵਾਸਤੇ ਵੀ ਸਮੱਸਿਆਵਾਂ ਨੇ, ਅਫਸਰਾਂ ਵਾਸਤੇ ਵੀ ਸਮੱਸਿਆਵਾਂ ਨੇ, ਕਿਉਂਕਿ ਇਹ ਜਿਹੜਾ ਇਲੈਕਸ਼ਨ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੁਈਜ਼ ਕਰਤਾ। ਇਹ ਘੱਟੋ ਘੱਟ 3 ਮਹੀਨੇ ਦਾ ਪ੍ਰੋਸੈਸ ਹੋਣਾ ਚਾਹੀਦਾ ਸੀ, ਜਿਹੜਾ ਸਿਰਫ 20 ਦਿਨਾਂ ਦੇ ਵਿੱਚ ਕਰ ਦਿੱਤਾ। ਅਫਸਰ ਵੀ ਮਜਬੂਰ ਨੇ। ਸਰ, ਇੱਕ ਨੋਮੀਨੇਸ਼ਨ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ 1 ਜਾਂ 2 ਦਿਨ ਰੱਖੇ ਗਏ ਆ, ਵੀ ਇੰਨੇ ਟਾਈਮ 'ਚ ਨੋਮੀਨੇਸ਼ਨ ਨਹੀਂ। ਬਿਲਕੁਲ ਇਹ ਗਲਤ ਹੈ ਜੀ, ਬਿਲਕੁਲ। ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਗੱਲ ਕੀਤੀ ਹੈ, ਮੈਂ ਆਪ ਬੜੀਆਂ ਇਲੈਕਸ਼ਨਾਂ ਕਰਾਈਆਂ ਨੇ, 3 ਛੁੱਟੀਆਂ ਆ ਗਈਆਂ ਅਤੇ 1 ਦਿਨ ਸਿਰਫ ਨੋਮੀਨੇਸ਼ਨ ਨੂੰ ਮਿਲਿਆ। ਕੱਲ੍ਹ ਕਿਆਸ ਹੋਏਗਾ, ਤੁਹਾਡੇ ਸਾਰੇ ਕੈਮਰੇ ਚੱਲਣਗੇ। ਮੈਂ ਫਿਰ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਥਰੂ, ਉਹਨਾਂ ਨੂੰ ਅਸੀਂ ਮੈਸੇਜ ਵੀ ਕਰ ਰਹੇ ਹਾਂ ਕਿ ਇਹ ਨੋਮੀਨੇਸ਼ਨ ਆ ਜਿਹੜੇ ਇਹ ਘੱਟੋ ਘੱਟ 3 ਦਿਨ ਰੱਖੋ। 1 ਦਿਨ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ, ਇਹ ਬਿਲਕੁਲ ਗਲਤ ਪ੍ਰੋਸੈਸ ਹੈ। ਇਲੈਕਸ਼ਨ ਕਮਿਸ਼ਨ ਨੂੰ ਘੱਟੋ ਘੱਟ ਨਹੀਂ 3 ਜਾਂ 4 ਦਿਨ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੇ ਰੱਖਣੇ ਚਾਹੀਦੇ ਆ। ਅੱਜ ਹੀ ਨੋਟੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਜਿਹੜੀ ਨੋਮੀਨੇਸ਼ਨ ਆ ਉਹ ਘੱਟੋ ਘੱਟ 3 ਦਿਨ ਚਾਹੀਦੇ ਆ। 3 ਤੋਂ 5 ਦਿਨ ਦਾ ਜਿਹੜਾ ਟਾਈਮ ਹੈ ਉਹ ਨੋਮੀਨੇਸ਼ਨ ਪੇਪਰ ਫਾਈਲ ਹੋਣ ਦਾ ਹੋਣਾ ਚਾਹੀਦਾ। ਇਹ ਬਲੈਟੈਂਟਲੀ ਗਲਤ ਹੈ ਕਿ ਸਿਰਫ 1 ਦਿਨ ਮਿਲ ਰਿਹਾ ਨੋਮੀਨੇਸ਼ਨ ਪੇਪਰ ਫਾਈਲ ਕਰਨ ਦਾ। ਤੁਹਾਡੇ ਕੈਮਰੇ ਕੱਲ੍ਹ ਚੱਲਣਗੇ, ਤੁਸੀਂ ਦੇਖਿਓ ਪੂਰੇ ਪੰਜਾਬ ਦੇ ਵਿੱਚ ਕੱਲ੍ਹ ਕਿਆਸ ਹੋਏਗਾ। DC ਸਾਹਿਬ ਨੇ ਬਿਲਕੁਲ, ਮੈਂ ਧੰਨਵਾਦੀ ਹਾਂ DC ਸਾਹਿਬ ਦਾ।
ਹੋਰ ਆਫੀਸਰ ਸਾਹਿਬਾਨਾਂ ਤੋਂ ਉਹਨਾਂ ਨੇ ਬਿਲਕੁਲ ਅਸ਼ੋਰੈਂਸ ਦਿੱਤੀ ਹੈ ਕਿ ਬਿਲਕੁਲ ਪੀਸਫੁਲੀ ਜਿਹੜਾ ਇਹ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਹੋਏਗਾ।